ਸਾਡੇ ਸਮਾਜ ਵਿੱਚ ਅੱਜ ਵੀ ਔਰਤਾਂ ਤੇ ਬਹੁਤ ਸਾਰੇ ਅਤਿਆਚਾਰ ਹੋ ਰਹੇ ਨੇ ਇਸੇ ਕਰਕੇ ਇੱਕ ਸ਼ਾਇਰ ਲਿਖਦਾ ਹੈ ਕਿ ਇੱਕ ਸੋਹਣੀ ਨੇ ਕਹਿਰ ਸਮਾਜੋਂ ਛਾਲ ਚਨਾ ਵਿੱਚ ਮਾਰੀ ਇੱਕ ਸੋਹਣੀ ਦੀ ਜੁਲਫ ਸ਼ਿੰਗਾਰੀ ਰਹਿ ਗਈ ਤੇ ਇੱਕ ਸੋਹਣੀ ਨੇ ਦਾਜ ਦੀ ਕਾਟੋ ਰਹਿ ਗਈ ਜੁਲਫ ਸ਼ਿੰਗਾਰੀ ਇੱਕ ਸੋਹਣੀ ਨੂੰ ਜੰਮਣੋਂ ਪਹਿਲਾਂ ਬਣ ਗਈ ਮਾਂ ਹਤਿਆਰੀ ਫਕਰਾ ਸਿਤਮ ਸਮਾਜ ਗੁਜ਼ਾਰੇ ਸੋਹਣੀ ਅਤੇ ਹਰ ਵਾਰੀ ਸਹੀ ਆ ਬਹੁਤ ਵਧੀਆ ਦੀਪੀ ਕਿਉਂਕਿ ਦਹੇਜ ਮੰਗਣ ਵਾਲੇ ਅੱਜ ਵੀ ਦਹੇਜ ਮੰਗੀ ਜਾ ਰਹੇ ਆ ਜਿਵੇਂ ਕਿ ਅਸੀਂ ਪੜ੍ਹਦੇ ਆ ਦੇਖਦੇ ਆ ਸੁਣਦੇ ਆ ਪਰ ਇੱਕ ਬਹੁਤ ਵਧੀਆ ਸੁਨੇਹਾ ਦੇਣ ਲਈ ਤੁਹਾਨੂੰ ਦੋ ਸਟਾਰਾਂ ਨਾਲ ਮਿਲਵਾ ਰਹੇ ਆ ਸਤਪਾਲ ਤੇ ਉਹਨਾਂ ਦੇ ਨਾਲ ਇੱਕ ਸੋਹਣੀ ਮੁਟਿਆਰ ਕੁਲਵਿੰਦਰ ਗੋਪੀ तू कर जाया कर टाड़ा नी।